Allah, 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 All
Hot, 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 hot
ਆਮੀਨ ਯਕੀਨ ਕਰਨਾ ਉਸ ਬੰਦੇ ਦੀ ਗੱਲ ਸੁਣ ਕੇ ਅੰਜ ਲੱਤਾਂ ਕੰਮਣ ਲੱਗ ਗਈ ਜਮਾ ਪੜਿਆ ਜਮਾ ਪੜ ਕੇ ਸਕੀਰ ਘਰ ਆਇਆ ਤੇ ਮੁਰਸਾ ਵੱਲ ਧਿਆਨ ਕਰਕੇ ਪਰੇਸ਼ਾਨੀ ਦਾ ਆਲਮ ਸੀ ਕਿਉਂਕਿ ਜ਼ਿੰਦਗੀ ਦਾ ਪਹਿਲਾ ਵਾਕਿਆ ਸੀ ਜ਼ਿੰਦਗੀ ਦਾ ਪਹਿਲਾ ਵਾਕਿਆ ਸੀ ਅੱਲਾ ਅੱਲਾ ਕਰਕੇ ਅੱਖ ਲੱਗ ਗਈ ਯਕੀਨ ਕਰਨਾ ਮੇਰੀ ਜ਼ਿੰਦਗੀ ਦਾ ਪਹਿਲਾ ਵਾਕਿਆ ਕਿ ਪੀਰ ਮਗਰ ਹੁੰਦਾ ਤੁਹਾਨੂੰ ਦੱਸਣ ਲੱਗੇ ਤਾਹੀਓ ਮੈਂ ਕਿਹਾ ਕਿ ਦੇਖ ਕੇ ਗੱਲ ਕਰ ਰਿਹਾ ਅੱਖ ਲੱਗ ਗਈ ਮੈਂ ਆਪਣੇ ਮੁਰਸ਼ਦ ਕਰੀਮ ਹਾਜ ਖਾਜੇ ਖਾਲਗਨ ਖਾਜਾ ਸ਼ਰੀ ਮੁਹੰਮਦ ਮਦਾਰ ਖਾਨ ਯਕੀਨ ਕਰਨਾ ਮਦਾਰ ਸਾਹਿਬ ਦੇ ਅੱਖ ਵੇਖੀ ਨੇ मेरे मुर्शिद कामल ने उस बंदे नु जिस बंदे ने मैनु आख्या सी कि 3 मिनट च बंदा लेना मेरे मुर्शिद ने कहा इससे डरता है आवाज पूरी चलो इससे डरता है ऐसे बहुत आई है यकीन करना अल्लाह 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 बंदा इस गल तकरीबन 20 साल हो चले तुम्हारी बात कुछ और है छोटे मोटे कीड़े मकोड़े जादू टूने कुछ नहीं कसूर तेरा दोस्तों मैं अक्सर कहना हूं कि सुबह नमाज तो बाद या नमाज तो पहले 10-15-20 मिनट आधा घंटा जिक्र अल्लाह एक दो तस्बीहां कलमा शरीफियां वजीफा याहियो याकीन राती सौन तो पहले 2-3 तस्बीहां कलमा शरीफियां 3 तस्बीहां दुरूद पाक दिया 10-15-20 मिनट आधा घंटा जिक्र इलाही अगर हो सके तो जिद वेले भी कर खाना खान तो पहले आयतुल कुर्सी पढ़ ना तनु जिन ना भूत ना बीमारी तेरा हिल जन्ना होगा जिन्ना लंगर चाहेगा प्लान कर दी सहस हो रहे बना गए थे कमी रह गई नहीं
रिस्क देते हैं, फल देते हैं, हसरत दिल 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 निकाल देते हैं, मैं भला कैसे क्यों मांगूं? मांग मेरे महबूब जो कुछ I'm gonna make you mine.
Oh,
Allah, 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 All
Yeah.
बड़ी मेहरबानी मेहरबानी सुख साहब तशरीफ ले आए दोस्त साहब जो बड़ी मेहरबानी अल्लाह दोस्त तशरीफ ले आए बड़ी मेहरबानी ऐसा जो अब आपसी रास्ता है एक भी खाली कर दो Oh,
مسکو تم کرتے بھی تیرے درشن یا سلام
मेहरबानी बैठो इल्लल्ला की शराब नजर से पिला दिया मैं एक गुनाहगार सूफी बना दिया सूरत में मेरे आ गई सूरत फकीर की सूरत में मेरे आ गई सूरत फकीर की सूरत में मेरे आ गई सूरत फकीर की ये नजर मेरे पीर की ये नजर मेरे पीर की नजर मेरे पीर की नजर नजर मेरे पीर की नजर मेरे पीर की नजर ये नजर मेरे पीर की ये नजर मेरे पीर की ओ मैं तक डरवा था जानो मैं सारी रात तक डरवा था जानो मैं सारी रात तक Oh
ਸ਼ਰਤ ਬੈਠ ਜਾਓ ਤਾਂ ਕਿ ਪਿਛਲੇ ਦੋਸਤ ਵੇਖਣ ਜੇ ਸਾਈਡ ਤੇ ਖੜੇ ਉਹਨਾਂ ਦੀ ਕੋਈ ਗੱਲ ਨਹੀਂ ਵਿੱਚ ਨੇ ਉਹ ਦੋਸਤਾਂ ਨੇ ਖੜੇ ਨੇ ਉਹਨਾਂ ਨੰਬਰ ਨੰਬਰ ਦੋ ਇਨਸ਼ਾ ਅੱਲਾਹ ਪ੍ਰੋਗਰਾਮ ਦਾ ਅਸੀਂ ਟਾਈਮ ਲਿਖਿਆ 12 ਵਜੇ ਲੇਕਿਨ ਇਨਸ਼ਾ ਅੱਲਾਹ ਪ੍ਰੋਗਰਾਮ 12 ਵਜੇ ਤੋਂ ਕਾਫੀ ਟਾਈਮ ਪੈ ਗਿਆ ਸੀ ਇਨਸ਼ਾ ਅੱਲਾਹ ਕੋਸ਼ਿਸ਼ ਕਰਾਂਗੇ ਖਤਮ ਕਰਾਂਗੇ ਕਿਸੇ ਦੋਸਤ ਨੇ ਲੰਗਰ ਖਾਣ ਤੋਂ ਬਗੈਰ ਨਹੀਂ ਕਹਿਣਾ ਲੰਗਰ ਵਸੀਲ ਹੈ ਔਰ ਮੇਰੇ ਆਕਾ ਦੇ ਮਿਲਾਦ ਦਾ ਲੰਗਰ ਹੈ ਇਨਸ਼ਾ ਅੱਲਾਹ ਲੰਗਰ ਦਾ ਅੰਦਰ ਸ਼ਿਫਾ ਹੈ ਕਿਸੇ ਦੋਸਤ ਨੇ ਲੰਗਰ ਤੋਂ ਖਾਣ ਤੋਂ ਭੇਜ ਨਹੀਂ ਕਰਨੀ ਲੰਗਰ ਖਾ ਕੇ ਜਾਣਾ ਔਰ ਲੰਗਰ ਖਾਣ ਤੋਂ ਪਹਿਲੇ ਸਾਰੇ ਦੋਸਤਾਂ ਨੇ ਆਖਰ ਕੁਰਸੀ ਪੜ੍ਹਨੀ ਹੈ ਜਿਹਨੂੰ ਆਮ ਵੀ ਹੋ ਬੰਦਾ ਉੱਚੀ ਪੜ੍ਹੇਗਾ ਉਹਨੇ ਸੁਣਨੀ ਹੈ ਇਨਸ਼ਾ ਅੱਲਾਹ ਉਹ ਬੰਦੇ ਦੇ ਘਰੋਂ ਜਿਹਦੇ ਮੂੰਹ ਦੀ ਦਾਦੂ ਹੋਣਾ ਬਿਮਾਰੀਆਂ ਖਤਮ ਤੇ ਰਿਦਕ ਦੇ ਵਾਧੇ ਹੀ ਵਾਧੇ ਚੰਦਰ ਲੰਗਰ ਕਾਇਮ ਹੋ ਜਾਂਦਾ ਇਨਸ਼ਾ ਅੱਲਾਹ ਮੇਰੇ ਮਹਬੂਬ ਦੇ ਪੈਰਾਂ ਦੀ ਇਤਰਾਜ਼ ਕਰਕੇ ਔਰ ਦੂਸਰੇ ਨੰਬਰ ਤੇ ਇਨਸ਼ਾ ਅੱਲਾਹ ਦੋਸਤ ਅਹਬਾਬ ਜਿਹੜੇ ਇੰਤਜ਼ਾਮੀਆਂ ਵਾਲੇ ਨੇ ਮੁਹਤਰਮ ਬਿਲਖਸੂਸ ਫਿਲਹਾਲ ਸਾਡੇ ਮੁਹਤਰਮ ਇਰਫਾਨ ਸਾਹਿਬ ਔਰ ਸੂਫੀ ਮੁਹੰਮਦ ਖਾਨ ਸਾਹਿਬ ਇਹ ਦੋਸਤ ਮਿਹਨਤ ਕਰਦੇ ਨੇ ਲੇਕਿਨ ਇਸ ਮਰਤਬਾ ਮੁਹਤਰਮ ਸੂਫੀ ਸ਼ਾਹਬਾਜ਼ ਸਾਹਿਬ ਅਮਰ ਜਵਾਨੀ ਸਾਹਿਬ ਔਰ ਤਸੱਦਰ ਜਿਹੜੇ ਸਾਡੇ ਹਲਕੇ ਦੇ ਸੰਗੀ ਨੇ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਨਸ਼ਾ ਅੱਲਾਹ ਤਾਲਾ ਕੋਸ਼ਿਸ਼ ਕਰਾਂਗੇ ਕਿ ਸ਼ੁਕਰਾਨੇ ਦੀ ਮਹਿਫਲ ਤੇ ਕੋਈ ਮੁਕਤਸਰ ਦੀ ਕਮੇਟੀ ਇੰਤਜ਼ਾਮੀਆਂ ਦੀ ਅਸੀਂ ਬਣਾਵਾਂਗੇ ਉਹ ਨਾਮ ਪਹਿਲੇ ਹੀ ਇਨਸ਼ਾ ਅੱਲਾਹ ਅਸੀਂ ਦਿੱਤਾ ਹੋਇਆ ਸਾਰੇ ਫਰਿਸ਼ਤ ਅੱਲਾਹ ਅਜਪਾਲ ਵੈਲਫੇਅਰ ਸੋਸਾਇਟੀ ਜਿਹੜੇ ਬੰਦੇ ਇੰਤਜ਼ਾਮੀਆਂ ਵਾਲੇ ਹੋਣਗੇ ਇਨਸ਼ਾ ਅੱਲਾਹ ਅੱਲਾਹ ਦੇ ਫੈਲੋ ਕਰੋ ਨਾ ਉਹਦੇ ਵਿੱਚੋਂ ਅਗਲੇ ਸਾਲ ਦੋ ਦੋਸਤ ਉਮਰੇ ਤੇ ਜਾਣਗੇ ਭੇਜਣਾ ਅਸੀਂ ਅੱਲਾਹ ਅੱਲਾਹ ਕਰਨ ਵਾਲਿਆਂ ਨੂੰ ਵੇਲਿਆਂ ਨੂੰ ਭੇਜਣਾ ਨਹੀਂ ਠੀਕ ਹੈ ਨਾ ਇਹ ਨਹੀਂ ਕਿ ਅਸੀਂ ਫਿਕਰ ਦੇ ਵੀ ਲੋਕੀ ਬੜੇ ਨਾ ਇਕੱਠੇ ਇਕੱਠੇ ਕਰਨ ਲੱਗੇ ਰੌਲਾ ਨਹੀਂ ਅੱਲਾਹ ਉਹ ਕਰਦਾ ਰੌਲਾ ਜਿਹੜਾ ਬਹੁਤੀ ਕਰੇਗਾ ਉਹ ਪਹਿਲੇ ਜਾਏਗਾ ਇਨਸ਼ਾ ਅੱਲਾਹ ਇਸ ਮਰਤਬਾ ਅਲਹਮਦੁਲਿਲਾ ਸਾਡੇ ਕਾਫਲੇ ਦੇ ਅੰਦਰ ਬੜੇ ਜ਼ਾਕਰ ਬੰਦੇ ਮੁਹਤਰਮ ਮੁਹਤਰਮ ਰਹਿਮਾਨ ਭਾਈ ਸਾਹਿਬ ਇਨਸ਼ਾਅੱਲਾ ਸਾਡੇ ਕਾਫਲੇ ਦੇ ਅੰਦਰੋਂ ਕੁਛ ਦੋਸਤ ਨੇ ਦੁਬਾਲਾ ਸਾਹਿਬ ਨੇ ਹਿੱਸਾ ਪਾਇਆ ਕੁਛ ਆਸਾਂ ਦੇ ਵੱਲੋਂ ਇਨਸ਼ਾਅੱਲਾ ਔਰ ਦੂਸਰੇ ਦੋਸਤ ਆਪਣੇ ਨੇ ਮੁਹਤਰਮ ਅਰਫਾਨ ਕਲਬਰੀ ਸਾਹਿਬ ਔਰ ਇਨਸ਼ਾਅੱਲਾ ਇੱਕ ਹੋਰ ਦੋਸਤ ਵੀ ਹੈ ਉਹਦਾ ਮੈਂ ਨਾਮ ਹੀ ਲੈਣਾ ਅਲਹਮਦੁਲਿਲਾ ਉਹਨੂੰ ਵੀ ਫਿਕਰ ਸਾਡੇ ਦੇ ਦੇਣਾ ਦੇ ਦਿੱਤਾ ਗਿਆ ਤਿੰਨ ਦੋਸਤ ਆ ਰਹੇ ਨੇ ਇਨਸ਼ਾਅੱਲਾ ਤਾਲਾ ਅਗਲੇ ਸਾਲ ਇੰਤਜ਼ਾਮੀਆਂ ਵਿੱਚੋਂ ਜਿਹੜੇ ਦੋਸਤ ਆਪਣੇ ਅਸੀਂ ਇੰਤਜ਼ਾਮੀਆਂ ਵਿੱਚ ਸ਼ਾਮਿਲ ਕਰਾਂਗੇ ਪੈਸੇ ਸਾਨੂੰ ਕੋਈ ਨਹੀਂ ਚਾਹੀਦੇ ਮੈਂ ਪਹਿਲੇ ਦੱਸ ਦਿੱਤਾ ਸਾਰਿਆਂ ਨੂੰ ਸਿਰਫ ਅੱਲਾਹ ਅੱਲਾਹ ਚਾਹੀਦੀ ਹੈ ਇੰਨਾ ਜ਼ਿਕਰ ਕਰੋ ਇੰਨਾ ਜ਼ਿਕਰ ਕਰੋ ਕਿ ਤੁਹਾਨੂੰ ਕਮਲੀ ਵਾਲੇ ਦੀਆਂ ਜ਼ਿਆਦਾ ਹੋ ਯਾਰ ਮੈਂ ਕਈ ਮਰਤਬਾ ਹਦੀਸਾਂ ਬਿਆਨ ਕੀਤੀਆਂ ਨੇ ਤੇ ਰਾਤੀ ਜਦੂ ਕਰਕੇ ਸੌ ਜਾ ਤੇਰੀ ਰੂਹ ਖਾਨੇ ਕਾਬੇ ਦਾ ਤਵਾਫ ਨਾ ਕਰੇ ਫਿਰ ਗੱਲ ਕਰੇ ਜੇ ਤੇਰੀ ਰੂਹ ਖਾਨੇ ਕਾਬੇ ਦਾ ਤਵਾਫ ਕਰੇ ਤੇ ਤੂੰ ਵੀ ਜਾਏਗਾ ਕਰਕੇ ਸਹੀ ਕਰਕੇ ਤੇ ਵੇਖ ਯਾਰ ਰਾਤੀ ਜਦੂ ਕਰਕੇ 10-20 ਮਿੰਟ ਅੱਧਾ ਘੰਟਾ ਜ਼ਿਕਰ ਅੱਲਾਹ ਹੋ ਤਿੰਨ ਤਸਮੀਆਂ ਮੇਰੇ ਮਹਬੂਬ ਤੇ ਦੂਰ ਤੇ ਘੱਟ ਤੇ ਘੱਟ ਬਹੁਤੀਆਂ ਕਰੀਆਂ ਜਿੰਨੀਆਂ ਮਰਜ਼ੀ ਲਾ ਤਿੰਨ ਤਸਮੀਆਂ ਕਲਮਾ ਚਾਹੀਦਾ ਦਾ ਪੜ੍ਹੋ ਜੇ ਤੇਰੀ ਰੂਹ ਖਾਨੇ ਕਾਬੇ ਦਾ ਤਵਾਫ ਨਾ ਕਰੇ ਫਿਰ ਸਾਨੂੰ ਆ ਜਾਏਗਾ ਠੀਕ ਹੈ ਇਸ ਵਾਸਤੇ ਜਿਹੜਾ ਮੈਂ ਦੱਸਿਆ ਅਮਲ ਇੱਥੇ ਦੋਸਤਾਂ ਨੇ ਅਮਲ ਕਰਨਾ ਔਰ ਖਾਣੇ ਤੋਂ ਪਹਿਲੇ ਜਿਹਨੂੰ ਆਇਤਲ ਕੁਰਸੀ ਯਾਦ ਨਹੀਂ ਕਰ ਲਓ ਯਾਰ ਖਾਣੇ ਤੋਂ ਪਹਿਲੇ ਆਇਤਲ ਕੁਰਸੀ ਪੜ੍ਹਨੀ ਤੁਹਾਡੇ ਘਰ ਅੰਦਰ ਬਿਮਾਰੀ ਜਿੰਨ ਉਹ ਜਾਦੂ ਫਾਰਗ ਤੇਰੇ ਘਰ ਅਗਰ ਅੱਲਾਹ ਵਾਲਿਆਂ ਦਾ ਲੰਗਰ ਕਾਇਮ ਨਾ ਹੋਵੇ ਫਿਰ ਨਾ ਗੱਲ ਕਰਦਾ ਮੋਦੀ ਸੇ ਲੰਗਰ ਤੇਰੇ ਘਰੋਂ ਕਾਇਮ ਹੈ ਫਿਰ ਗੱਲ ਕਰੀ ਅਮਲ ਨੂੰ ਮੰਨ ਕੇ ਵੇਖ ਇਨਸ਼ਾ ਅੱਲਾਹ ਦੋਸਤਾਂ ਨੇ ਕੋਸ਼ਿਸ਼ ਕਰਨੀ ਹੈ ਮੁਹੱਬਤ ਨਾਲ ਜਿਹਨੇ ਦੋਸਤਾਂ ਦੀ ਡਿਊਟੀ ਲੱਗੀ ਹੈ ਲੰਗਰ ਤੋਂ ਬਾਅਦ ਬਰਤਨ ਇਕੱਠੇ ਕਰਨ ਦਿਗਰ ਮਾਮਲਾ ਦੀ ਆਪਣੀ ਡਿਊਟੀ ਪੂਰੀ ਕਰਨੀ ਹੈ ਕੋਈ ਬੰਦਾ ਇਹ ਨਾ ਸਮਝਿਆ ਕਰੇ ਕਿ ਅਗਰ ਉਹ ਨਿਕਲ ਗਿਆ ਤਾਂ ਮੈਨੂੰ ਪਤਾ ਕਰਨੀ ਯਕੀਨ ਕਰੋ ਅਲਹਮਦੁਲਿਲਾ ਮੇਰੇ ਮੁਰਸ਼ਦ ਕਾਮਿਲ ਦਾ ਸਦਕਾ ਖਾਲਕਾ ਨੇ ਮੋਹ ਦਾ ਸਦਕਾ ਪਤਾ ਮੈਨੂੰ ਹਰ ਸੰਗੀ ਦਾ ਹੁੰਦਾ ਲੇਕਿਨ ਮੈਂ ਅੱਖ ਮੀਟ ਕਰਨਾ ਅੱਲਾਹ ਮੈਂ ਕਹਿੰਦਾ ਸ਼ਾਇਦ ਇਹਨੂੰ ਇਹ ਸਮਝੇ ਕਿ ਮੈਨੂੰ ਪਤਾ ਹੀ ਨਹੀਂ ਇਹਦਾ ਪੜਦਾ ਰਹਿ ਜੇ ਵਰਨਾ ਪਤਾ ਮੈਨੂੰ ਹਰ ਸੰਗੀ ਦਾ ਹੁੰਦਾ ਜਿਹੜਾ ਜੋ ਕਰਦਾ ਮੈਨੂੰ ਪਤਾ ਹੁੰਦਾ ਅਲਹਮਦੁਲਿਲਾ ਇਸ ਵਾਸਤੇ ਹੁਸ਼ਿਆਰੀ ਚਲਾਕੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਤੇ ਹੁਸ਼ਿਆਰੀ ਚਲਾਕੀ ਵਾਲਾ ਕਾਮਯਾਬ ਹੁੰਦਾ ਨਹੀਂ ਕਿਉਂਕਿ ਚਲਾਕ ਹੋਣਾ ਅਕਲਮੰਦੀ ਦੀ ਦਲੀਲ ਨਹੀਂ ਹੈ ਚਲਾਕ ਹੋਣਾ ਅਕਲਮੰਦੀ ਦੀ ਦਲੀਲ ਨਹੀਂ ਹੈ ਅਕਲਮੰਦੀ ਮੁਹੱਬਤ ਦਾ ਨਾਮ ਹੈ ਅਕਲਮੰਦੀ ਮੁਹੱਬਤ ਦਾ ਨਾਮ ਹੈ ਨਿਸਬਤ ਦਾ ਨਾਮ ਹੈ ਅਮਰ ਦਾ ਨਾਮ ਹੈ ਅਗਰ ਬੰਦਾ ਕਹੇ ਮੈਂ ਬੜਾ ਅਕਲਮੰਦ ਹਾਂ ਹੁਸ਼ਿਆਰੀ ਚਲਾਕੀ ਨਾਲ ਅੱਗੇ ਲੰਘ ਲੰਘਾ ਇਹ ਨਹੀਂ ਹੋ ਸਕਦਾ ਹੁਸ਼ਿਆਰੀ ਚਲਾਕੀ ਨਾਲ ਕਿਸੇ ਦੁਨੀਆ ਦੀ ਲੈਣ ਦੇ ਅੰਦਰ ਤੂੰ ਅੱਗੇ ਲੰਘ ਸਕਦਾ ਲੇਕਿਨ ਦੀਨ ਦੀ ਲੈਣ ਨਜ਼ਰ ਚਾਹਨਾ ਲੰਘਣਾ ਤੇ ਫਿਰ ਮੁਹੱਬਤ ਔਰ ਅਖਲਾਸ ਔਰ ਮੁਖਲਸ ਹੋਣਾ ਤੇਰੇ ਵਾਸਤੇ ਜ਼ਰੂਰੀ ਹੈ ਜਦ ਤੱਕ ਤੇਰੇ ਦਿਲ ਦੇ ਅੰਦਰ ਸਦਾਕਤ ਪੈਦਾ ਨਹੀਂ ਹੋਏਗੀ ਤੂੰ ਅੱਗੇ ਲੰਘ ਨਹੀਂ ਸਕਦਾ ਰੂਹਾਨੀਅਤ ਦੇ ਅੰਦਰ ਕੋਈ ਇਸ ਵਾਸਤੇ ਤੁਸੀਂ ਹੁਸ਼ਿਆਰੀ ਚਲਾਕੀ ਨਹੀਂ ਕਰਿਆ ਕਰਨੀ ਸਿਰਫ ਅਖਲਾਸ ਨਾਲ ਮੁਹੱਬਤ ਨਾਲ ਸਦਾਕਤ ਨਾਲ ਦੋਸਤੋ ਡਿਊਟੀ ਦੇ ਉਹ ਡੇਰੇ ਦੀ ਤੇ ਜਿਹੜੇ ਦੋਸਤ ਖੁਲਫਾ ਨੇ ਕੋਸ਼ਿਸ਼ ਕਰਨੀ ਹੈ ਜਿਹੜੇ ਪ੍ਰੋਗਰਾਮਾਂ ਦਾ ਐਲਾਨ ਹੁੰਦਾ ਨਾ ਡੈਰੀ ਰੱਖ ਲਓ
وہ نوٹ کر لو بار بار سانو ٹیلی فون کرنا بینڈ فلانی جگہ محفل ہے نوٹ کریا کرو جس نے نوٹ کرو گے تمہیں پتا ہوئے گا اسی فلان محفل تک پہنچنا ہے اس واسطے جن گرفاس سنگھی نے لوکل انہوں نے لوکل پروگرام نوٹ کرا کرنا جڑے دوست احباب دوسرے شہر کے اندر جتنے خلفاء ہیں انہوں نے سالانہ پروگراموں نوٹ کریا کرنا ہے پہلی گل یہ ہے ان شاء اللہ تعالیٰ عرس محمد مصطفیٰ جڑا اسی اج منا رہے ہیں میرے مرشد کریم نے جڑی گل فرمائی سی کہ عرس محمد مصطفیٰ کوئی بندہ منا نہیں سکتا جب تک کملی والے کی بارگاہ چ اٹھ بنا لو قبلہ محترم حضرت صوفی آدم صاحب موجود نے اس شک کی گنجائش نہیں کیونکہ یہ گل میرے قبلہ آدم نے فرمائی ہے اس واسطے عرس محمد مصطفیٰ ان شاء اللہ تعالیٰ ابھی ہر سال مارچ کے پہلے ہفتے جمعہ رات جمعے میں منایا کریں گے نمبر ایک اور جشن عام آئندہ سال کا اور جشن آمد مصطفیٰ کا جو پروگرام میرے کملی والے کی آمد کا پروگرام 12 ربیع الشریف والے دن ان شاء اللہ تعالیٰ پہلے 63 پاؤنڈ کا گیٹ کٹا جانا اور 163 پاؤنڈ کا گیٹ کٹا جائے گا اور میرے آقا دی آمد کا جڑا پروگرام ہے وہ ٹوٹل پورے شہر کے اندر جتنے بھی دوست بیٹھے ہیں سب نو آن دی اجازت بھی ہوئے گی دعوت بھی ہوئے گی تے جڑے دوست آن الحمدللہ اسی اونے ہی گیٹ بنا دینا 163 263 563 جتنا سرکار چاہے اس واسطے اسی پروگرام آج تو بعد دو کریں گے آمد مصطفیٰ کا پروگرام 12 ربیع الاول والے دن صبح تو لے کے ان شاء اللہ تعالیٰ تقریباً 1 بجے تک 1 بجے راؤنڈ باؤنڈ کیک کٹیا کریں گے دوستوں نوٹ کرنا ہے اس تو بعد نماز ظہر نماز ظہر تو بعد کیک جڑا دوستوں کو پیش کیا جایا کرے گا تمام دوستوں نے نوٹ کرنا ہے سالانہ آمد مصطفیٰ کا جڑا پروگرام ہے انہوں 12 ربیع الاول دن ان شاء اللہ تعالیٰ اسی شروع کریا کریں گے صبح دوستوں 9 9:30 تک پہنچا کرنا ہے ان شاء اللہ تعالیٰ 1 بجے راؤنڈ باؤنڈ محفل پار ختم درود شریف صلوات و سلام اور اس کے بعد کیک کٹ کے نماز اور نماز تو بعد انشاءاللہ کیک دوستوں کو پیش کریا کریں گے اور سالانہ عرس پاک مارت کا پہلا جمعرات جمعہ اور پنو شیف کا عرس پاک ہوتا ہے ساڈا عرس محمد مصطفیٰ صلی اللہ علیہ وسلم اور انشاءاللہ تعالیٰ اپریل کا پہلا جمعرات جمعہ ہوتا ہے دوستوں نے لکھ لینا ہے اس کو پہلے رابطہ کر لیا کرو جان واسطے بھی اور انشاءاللہ تعالیٰ عرس پاک جڑا میرے آقا کا میلاد ہے سالانہ وہ واسطے فقیر حضرت صوفی محمد خالد مہراج صاحب کو کامگی والوں کو اجازت دے رہے ہیں اج تو بعد میرے آقا کا سالانہ عرس پاک صاحب الاولاد انہوں نے منا کی اجازت ہے اور دوستوں کو دعوت دیا کرن اور میرے آقا کا میلاد منا کے تو سرکار کی بارگاہ اندر حاضری کا وسیلہ بنیا کرے گا ان شاء اللہ تعالیٰ اور ان شاء اللہ تعالیٰ مزید 12 ربیع الاول شریف والے اپنی مرضی کا جو بھی ٹائم رکھنا ہوگا پروگرام ان شاء اللہ تعالیٰ 12 ربیع الاول دن شام کا پروگرام ہویا کرے گا نماز مغرب کے بعد ان شاء اللہ تعالیٰ قافلہ مدینہ شریف کی روانگی کا جڑا ہے الحمدللہ تقریباً یہ ساری خوش بختی ہے ساری خوش نصیبی ہے کہ سارے آستانے سے تقریباً 35 to 40 سنگی ان شاء اللہ تعالیٰ تقریباً 15 جنوری کے قریب اسی ان شاء اللہ تعالیٰ سرکار کی بارگاہ میں سلام کرنے والے اور ان شاء اللہ دعا ہے اگلے سال اس کو بہت دوست جان اور الحمدللہ محترم صاحب آسم صاحب نے ارادہ کیا کہ سنگیاں کا ایک ٹیلی پیسہ بھی اپنے دلے اللہ ان شاء اللہ تعالیٰ جن پیسے ہونے گے سارے سنگھی عمرے میں جانے سبحان اللہ اور ان شاء اللہ تعالیٰ بروز اتوار اجلا ہوں اتوار آ رہا ہے 17 تاریخ محترم بھائی ملک رفیق صاحب چوارا نگر انہوں کی سالانہ محفل پاک 27 ربیع الاول ہوتی ہے دوستوں نے نوٹ کرنا اتوار جا پرسوں آ رہا ہے دوستوں نے کوشش کر کے نماز مغرب پہنچ کے بھائی محترم ملک رفیق صاحب ملک منظور صاحب کے بھائی نے انہوں کی رہائش کا جوارا نگر سے پہنچنا ہے اور ان شاء اللہ تعالیٰ جمعرات والے دن محترم فیاض حاجی طاہر صاحب جمالی معصومی جمالی چند ہزار دن کے اندر منتری محفل بات کو دی ہے تمام دوستوں کو پتا ہے دوستوں نے نوٹ کر لو ڈھل نہیں کرنی کیونکہ یہ دوست سارے بڑی محبت کر رہا ہے محترم فیاض صاحب کی محفل پاک جھنگ بازار کے اندر مرکزی ساری محفل ہوتی ہے تمام دوستوں نے نماز مغرب پڑھ کے جھنگ بازار کے اندر پہنچنا ہے اتوار دن ملک محمد رفیق صاحب اور جمعے والے دن ان شاء اللہ تعالیٰ پہلی محفل پاک ساری جمعے کی نماز تو بعد جہانگیر ملک محترم ملنگ جڑے نے سارے آشر ملنگ صاحب اور دوسرا جڑا سارا ملنگ ہے جہاں عمران ملنگ صاحب انہوں کی رہائش کا جمعے والے دن جمعے کی نماز تو بعد ہوئے گی اور شامی مغرب کی نماز تو بعد جوارا نگر کے اندر محفل پاک محترم سبزی والے سارے سنگی نے آبد صاحب انہوں کی رہائش کا ہوئے گی باقی پروگرام کا اعلان اگے ہوتے رہن گے
انشاءاللہ تعالی اللہ 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 یا رسول اللہ پڑھتا ہوں
سلم علی و یا حبیب اللہ. چار اردو کا بولا بھی کر رہا سامنے کہ بات جنت پہ
Yeah.
اسی آج محفل میں ناز سجا کے بیٹھے ہیں اور ایک قیامت والے دن سجنی ہے اس محفل پاک کی صدارت کی نہیں کرنی ہے امیر کی نہیں ہے محبت میں سمجھتا ہوں کہ محفل میں